ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਘੈਂਟ ਹੋਵੋਗੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਗੁਰਪੁਰਬ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਅੱਜ ਦੇ ਵਲੋਗ 'ਚ ਕਾਫੀ ਕੁਛ ਬੜਾ ਇੰਟਰਸਟਿੰਗ ਹੋਣ ਵਾਲਾ, ਕਿਉਂਕਿ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਜਿਹੜੀ ਚੰਦ ਦੀ ਵਿਸ਼ ਸੀਗੀ ਡੋਗ ਲੈਣ ਦੀ, ਮੇਰੀ ਵੀ ਸੀਗੀ, ਬਟ ਚਲੋ ਉਹ ਅੱਜ ਆਪਾਂ ਜਾ ਰਹੇ ਹਾਂ ਪਠਾਨਕੋਟ। ਲੈਬਰਾਡੋਰ ਆਪਾਂ ਸੋਚਿਆ ਸੀਗਾ ਜਦੋਂ ਤੁਹਾਨੂੰ ਸਾਰਿਆਂ ਨੂੰ ਦੱਸਿਆ, ਬਟ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਹੋਰ ਖਾਸ ਮਹਿਮਾਨ ਹੈ। ਮੈਨੂੰ ਲੱਗਦਾ ਅਗਰ ਚੰਨ ਨੇ ਉਹਨੂੰ ਦੇਖ ਲਿਆ ਤਾਂ ਚੰਨ ਨੇ ਮਗਰ ਪੈ ਜਾਣਾ ਕਿ ਉਹੀ ਆਪਾਂ ਲੈ ਕੇ ਆਉਣਾ ਹੈ, ਦੇਖਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਕੰਮ ਵੀ ਕਰਨਾ ਹੈ। ਸੋ ਸਭ ਤੋਂ ਜ਼ਰੂਰੀ ਕੰਮ ਜਿਹੜਾ ਕਰਨ ਲੱਗੇ ਉਹ ਆਪਾਂ ਕਰਨ ਲੱਗੇ ਹਾਂ ਨਾਰੀਅਲ ਦੀ। ਓਕੇ, ਸੋ ਨਾਰੀਅਲ ਨੂੰ ਆਪਾਂ ਹੁਣ ਕਰਨ ਲੱਗੇ ਗੰਜਾ, ਕਿਉਂਕਿ ਔਖਾ ਹੀ ਆ ਬਾਬਾ ਜੀ, ਤੁਸੀਂ ਐਵੇਂ ਕਹਿੰਦੇ ਰਹਿੰਦੇ ਔਖਾ। ਚੱਲ ਫਿਰ, ਪਿਛਲੀ ਵਾਰ ਮੈਂ ਬੜਾ ਵਧੀਆ ਚੀਰ ਲਿਆ ਸੀ। ਬਾਹੂਬਲੀ ਇਦਾਂ ਨਹੀਂ ਹੋਣਾ, ਇਹ ਉਹ ਕਰ ਦਿੰਦੇ ਨਾ ਸਾਊਥ ਵਾਲੇ, ਵੱਡਾ ਵੱਡਾ ਜਿਹਾ ਲਿਆ ਕੇ ਐਂ ਮਾਰ ਦਿੰਦੇ। ਤਾਂ ਬਾਹੂਬਲੀ ਜਾ ਕੇ ਆਪਾਂ ਨੂੰ ਲੋਕੜੀ ਨੂੰ ਚੱਕਦੇ। ਇਹ ਨਿਕਲਿਆ ਨਾਰੀਅਲ ਪਾਣੀ, ਇਹ ਬੜਾ ਵਧੀਆ ਹੁੰਦਾ ਨਾ ਬਾਬਾ ਸਿਹਤ ਲਈ ਇਹ ਨਾਰੀਅਲ। ਅਰੇ ਵਾਹ, ਉਹੀ ਨਹੀਂ ਆ ਗਿਰੀ। ਸੋ ਇਡਲੀ ਦੀ ਜਿਹੜੀ ਚਟਨੀ ਆ, ਚਿੱਟੀ ਚਟਨੀ ਨਾਰੀਅਲ ਦੀ, ਇਹ ਉਹ ਬਣ ਲੱਗੀ ਆ। ਮੰਮਾ ਹੁਣੀ ਕਹਿੰਦੇ ਸੀ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਸਾਂਭ ਲਓਗੇ ਫਿਰ ਤੁਹਾਨੂੰ ਡੋਗੀ ਲੈ ਕੇ ਦੇਣਾ ਵਾ। ਮੰਮਾ ਪਾਪਾ ਕਹਿੰਦੇ ਜੇ ਤੁਸੀਂ ਘਰ ਦੇ ਕੰਮ ਨਹੀਂ ਸਾਂਭ ਪਾਉਂਦੇ ਤਾਂ ਫਿਰ ਸਾਂਭ ਪਾਉਂਦੇ ਤਾਂ ਤੁਸੀਂ ਡੋਗੀ ਕੀ ਸਾਂਭਣਾ। ਇਸੇ ਕਰਕੇ ਆਪਾਂ ਕਿੰਨਾ ਟਾਈਮ ਉਹ ਕਰਕੇ ਨਹੀਂ ਲਿਆ, ਕਿਉਂਕਿ ਆਪਾਂ ਨੂੰ ਹੀ ਕਿ ਆਪਾਂ ਇੱਕ ਵਾਰੀ ਪਹਿਲਾਂ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਸਾਂਭ ਲਈਏ, ਫਿਰ ਜਦੋਂ ਸਾਨੂੰ ਲੱਗੂਗਾ ਮੰਮਾ ਲੱਗੂਗਾ ਕਿ ਹਾਂ ਇਹ ਜ਼ਿੰਮੇਵਾਰੀ ਸਾਂਭਣ ਲੱਗ ਪਿਆ, ਫਿਰ ਮੰਮਾ ਨੂੰ ਕਹਿ ਤਾ ਸੀ ਮੰਮਾ ਤੁਸੀਂ ਯੈਸ ਕਰਿਓ ਤੇ ਮੰਮਾ ਨੇ ਕਰਤੀ ਯੈਸ। ਉਹ ਦਿਨ ਹੋ ਗਿਆ ਕਿਉਂਕਿ ਜਿਹੜੀ ਸਾਡੇ ਕੰਮ ਵਾਲੀ ਆਂਟੀ ਨੂੰ ਉਹਨਾਂ ਦੀ ਕੋਈ ਮਿਸ ਹੈਪਨਿੰਗ ਹੋ ਗਈ, ਸੋ ਉਹਦਾ ਕਰਕੇ ਆਂਟੀ ਆ ਨਹੀਂ ਰਹੇ। 10 ਕੁ ਦਿਨ ਹੋ ਗਏ, ਫਿਰ ਕੱਲ੍ਹ ਨੇਰੀ ਆਈ ਸੀਗੀ, ਬੜਾ ਗੰਦ ਸੀਗਾ, ਫਿਰ ਇਸ ਲਈ ਅੱਜ ਮੈਂ ਸਵੇਰ ਦੀ ਲੱਗੀ ਹੋਈ ਸਫਾਈਆਂ ਕਰਨ, ਜਲਦੀ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੇ ਛੇਤੀ ਛੇਤੀ ਕੁੱਤਾ ਲੈ ਆਵਾਂ, ਪਰ ਟਾਈਮ ਲੱਗ ਗਿਆ। ਹੁਣ ਇਡਲੀ ਖਾਵਾਂਗੇ ਫਿਰ ਨਿਕਲਾਂਗੇ, ਫਿਰ ਜਾਵਾਂਗੇ ਡੋਗੀ ਲੈ। ਅੱਛਾ, ਜਿਹੜਾ ਆਪਾਂ ਨਾਰੀਅਲ ਭੰਨਣ ਦਾ ਇਹੀ, ਉਹਦੀ ਚਟਨੀ ਆਲਮੋਸਟ ਰੈਡੀ ਹੈ। ਉਹ ਸਾਡਾ ਸਾਂਬਰ ਦਾਲ ਵਰਗੋ ਲੱਗਦਾ, ਬਟ ਟੇਸਟ ਸਾਂਬਰ ਤੋਂ ਵੀ ਬੈਟਰ ਇਹਦਾ ਹੈਗਾ। ਇਹਦੇ ਵਿੱਚ ਹੀ ਹਰੀਆਂ ਸਬਜ਼ੀਆਂ ਤਾਂ ਨਹੀਂ ਪਾਉਂਦੇ, ਕਿਉਂਕਿ ਉਹ ਕੱਢ ਦਿੰਦੇ, ਕਿਉਂਕਿ ਇਹ ਕੱਢ ਦਿੰਦੇ ਭਾਈ। ਹਰ ਹਰ ਦੀ ਦਾਲ ਦਾ ਕੱਲਾ ਵਿੱਚ ਇਮਲੀ ਪਾ ਕੇ ਸਾਂਬਰ ਬਣਾਇਆ, ਸਾਂਬਰ ਬਣ ਗਿਆ। ਇਹਦੇ ਵਿੱਚ ਬਣੂਗੀ ਇਡਲੀ। ਸਾਡਾ ਲੈਜੈਂਡਰੀ ਕੁੱਕਰ ਕਿੱਥੇ ਹੈ? ਤੇ ਇਹਦੇ ਵਿੱਚ ਆਪਾਂ ਉਹ ਭਾਂਡੇ 'ਚ ਰੱਖ ਕੇ ਇਡਲੀ ਅੰਦਰ ਰੱਖ ਦੇਣੀ ਆ, ਫਿਰ 50 ਰੁਪਏ ਦੇ 2 ਇਡਲੀਆਂ ਮਿਲਦੀਆਂ ਤੇ ਘਰ ਆਪਾਂ 100 ਰੁਪਏ 'ਚ ਕਿੰਨੀਆਂ ਇਡਲੀਆਂ ਬਣ ਜਾਂਦੀਆਂ, 100 ਇਡਲੀਆਂ ਬਣ ਜਾਂਦੀਆਂ। ਸੋ ਕਰੋਨਾ ਦਾ ਟਾਈਮ ਆ, ਬਹੁਤ ਜ਼ਰੂਰੀ ਆ, ਤੁਹਾਨੂੰ ਫਿਰ ਹੀ ਕਰੋ ਨਿਕਲੋ। ਥੋੜਾ ਥੋੜਾ ਘਿਓ ਲਿਆਉਣਾ, ਕਿਉਂਕਿ ਜਦੋਂ ਆਪਾਂ ਇਡਲੀ ਪਾਉਣੀ ਹੈ ਤੇ ਜਦੋਂ ਇਹਦੇ ਵਿੱਚ ਚਿਪਕੇ ਨਾ, ਇਹਦੇ ਨਾਲ ਕੱਢਣੀ ਹੈ ਚਿਪਕੇ ਨਾ, ਇਹ 'ਚ ਹਲਕਾ ਜਿਹਾ ਪਾਣੀ ਪਿਆ ਹੋਇਆ, ਕਿਉਂਕਿ ਇਹਦੀ ਜਿਹੜੀ ਸਟੀਮ ਬਣਨੀ ਹੈ ਨਾ ਉਹਦੇ ਨਾਲ ਸਾਡੀਆਂ ਇਡਲੀਆਂ ਫੁੱਲਣੀਆਂ ਹੈ। ਦੋ ਹੀ ਤਰੀਕੇ ਨਾਲ ਚੀਜ਼ਾਂ ਫੁੱਲ ਸਕਦੀਆਂ ਹੈ, ਜਾਂ ਸਟੀਮ ਦੇ ਨਾਲ ਜਾਂ ਮਿੱਠੀਆਂ ਗੱਲਾਂ ਦੇ ਨਾਲ। ਆ ਸਾਡਾ ਇਡਲੀ ਦਾ ਉਹ ਆ, ਜਿੰਨਾ ਇਡਲੀ ਦਾ ਕੀ ਬੋਲਦੇ ਆ, ਬੈਟਰ ਮੈਟਰ ਬੈਟਰ। ਇਹਦੇ ਵਿੱਚ 4 ਕੌਲੀਆਂ ਕੱਚੇ ਚੌਲ ਤੇ 1 ਕੌਲੀ ਮਾਂ ਧੋਤਿਆਂ ਦੀ ਦਾਲ। ਮਾਂ ਦੀ ਦਾਲ ਤੇ ਮਾਂ ਧੋਤਿਆਂ ਦੀ ਦਾਲ 'ਚ ਫਰਕ ਕੀ ਹੁੰਦਾ? ਧੋਂਦੇ ਆ ਤਾਂ ਹੀ ਉਹਨੂੰ ਉਹ ਜਿਹੜਾ ਉਹ ਤੋਂ ਦਾਲ ਦਾ ਉਹ ਕਾਲਾ ਕਾਲਾ ਚਿਕਨ ਹੁੰਦਾ ਨਾ ਲੱਗ ਜਾਂਦਾ। ਓਕੇ, ਇਸ ਕਰਕੇ ਉਹਨੂੰ ਮਾਂ ਧੋਤੇ ਕਹਿੰਦੇ। ਧੋਤੇ ਮਾਂ, ਤੁਸੀਂ ਆ ਭਾਂਡੇ ਧੋਤੇ? ਛੇਵਸ਼ੀ ਪੋਸਟ ਕੀਤੀ ਸੀ, ਹੱਸੇ ਹੋਰਾਂ ਤੁਹਾਨੂੰ ਦੱਸਾਂ ਮੁੱਕੀ ਬੜੀ ਫੇਰਨੀ ਮੈਂ। ਗਿਟਾਰ ਦਾ ਟਿਊਟੋਰੀਅਲ ਦਿੰਦਾ ਹੁੰਦਾ ਸੀ ਮੈਂ ਪੂਰੇ ਇੰਗਲਿਸ਼ 'ਚ, ਇੱਦਾਂ ਵੀ ਸੀਗਾ। ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇੰਗਲਿਸ਼ 'ਚ ਇੰਪਰੂਵ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬਾਹਰ ਜਾਣ ਦੀ ਸੋਚਦੇ ਹੋ, ਆਈਲੈਟਸ ਕਰਨ ਦੀ ਸੋਚਦੇ, ਕਰੋਨਾ ਦਾ ਟਾਈਮ ਤੁਹਾਨੂੰ ਪਤਾ ਸਾਰੇ ਸੈਂਟਰ ਬੰਦ ਹੈ, ਤਾਂ ਤੁਹਾਨੂੰ ਮੈਂ ਇੱਕ ਐਪ ਬਾਰੇ ਦੱਸਦਾ। ਐਪ ਦਾ ਨਾਮ ਹੈ ਕੈਂਬਲਿਕ। ਕੈਂਬਲਿਕ ਇੰਡੀਆ ਦੀ ਐਸੀ ਐਪ ਹੈ ਜਿਹਦੇ 'ਚ 1-on-1 ਤੁਸੀਂ ਟਿਊਟਰਸ ਦੇ ਨਾਲ, ਜੇ ਟਿਊਟਰਸ ਹੋਣਗੇ ਉਹ UK ਤੋਂ ਹੋਣਗੇ, ਕੈਨੇਡਾ ਤੋਂ ਹੋਣਗੇ, ਅਮੈਰੀਕਾ ਤੋਂ ਹੋਣਗੇ, ਤੁਸੀਂ ਉਹਨਾਂ 'ਚੋਂ ਕੋਈ ਵੀ ਟਿਊਟਰ ਆਪਣਾ ਸਿਲੈਕਟ ਕਰਕੇ 1-on-1 ਕਲਾਸਿਸ ਲੈ ਸਕਦੇ ਹੋ। ਕਿ ਕਈਆਂ ਨੂੰ ਇੱਦਾਂ ਹੁੰਦਾ ਕਿ ਉਹ ਲਿਖ ਵਧੀਆ ਲੈਂਦੇ, ਇੰਗਲਿਸ਼ ਪੜ੍ਹ ਵੀ ਵਧੀਆ ਲੈਂਦੇ, ਬਟ ਜਦੋਂ ਬੋਲਣ ਦੇ ਟਾਈਮ ਆਉਂਦੇ ਹੋ ਫਿਰ ਥੋੜ੍ਹਾ ਸਟਰਗਲ ਕਰਦੇ। ਬਟ ਇਸ ਐਪ ਦੀ ਹੈਲਪ ਨਾਲ ਤੁਸੀਂ ਉਹ ਜਿਹੜਾ ਤੁਹਾਡਾ ਡਰ ਹੈ ਨਾ ਉਹ ਵੀ ਤੁਸੀਂ ਝੱਟ ਬਾਹਰ ਕੱਢ ਸਕਦੇ ਹੋ, ਕਿਉਂਕਿ ਜਿਹੜੇ ਇਹਦੇ ਟਿਊਟਰ ਹੈ ਨਾ ਉਹ ਬਹੁਤ ਹੀ ਸਪੋਰਟਿਵ ਅਤੇ ਬਹੁਤ ਹੀ ਜ਼ਿਆਦਾ ਫਰੈਂਡਲੀ ਨੇ, ਜਿਹੜੇ ਤੁਹਾਡੀ ਕਮੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਪਰੂਵ ਕਰਨਗੇ। ਓਕੇ ਬਾਏ, ਟੇਕ ਕੇਅਰ, ਸਟੇ ਸੇਫ। ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੈ ਐਪ ਦਾ, ਅਗਰ ਤੁਸੀਂ ਸਾਡਾ ਕੋਡ ਯੂਜ਼ ਕਰਦੇ ਹੋ MCB25 ਤਾਂ ਤੁਹਾਨੂੰ 25% ਔਫ ਮਿਲੇਗਾ ਫੋਰ ਐਨੀ 3 ਮੰਥ ਪਲੈਨ। ਓਕੇ ਡਨ, ਸੋ ਸਾਡੀਆਂ ਇਡਲੀਆਂ ਤਿਆਰ ਹੋ ਗਈਆਂ ਵਾ। ਅਰੇ ਵਾਹ, ਪੁੱਠੇ ਚਾਕੂ ਨਾਲ ਕੱਟਣਾ, ਕਿਉਂਕਿ ਜਦੋਂ ਸਿੱਧੇ ਨਾਲ ਕੱਟਦੇ ਫਿਰ ਉਹ ਬੜਾ ਧਮਕਦਰਾ ਜਿਹਾ ਉੱਤਰਦਾ। ਐਂਡ ਡਨ।
ਇਹ ਆ ਸਾਡੀ ਪੋਕੂ ਕਿੰਨੀ ਗਰਮ ਤੇ ਸੌਫਟ ਕਿੰਨੀ ਤੇ ਨੂੰ ਬਣਿਆ ਜਾਂਦਾ ਆਹੋ ਮੰਨ ਦੇ ਗਿਆ ਮੈਂ ਪਹਿਲਾਂ ਚੱਕੋ ਤੁਹਾਡੀਆਂ ਇਡਲੀਆਂ ਸਟ੍ਰੈਡੀ ਆ ਅੱਛਾ ਹੁਣ ਆਪਾਂ ਨਿਕਲੀਏ ਕਿਉਂਕਿ ਆਲਰੇਡੀ ਕਾਫੀ ਜ਼ਿਆਦਾ ਲੇਟ ਹੋ ਗਏ ਆ बहुत मजा आया बट व्लॉग नहीं बनाया दो तीन कारण है पहला कारण के अगर आप इदा ही करी जाइए ना तो खुद नू लगता कि यार ये शो ऑफ हो रहा थोड़ा मम्मा पापा उन्होंने ने गड्डी ले सी क्योंकि उन्होंने गड्डी गड्डी चलान च पापा जी नू प्रॉब्लम आंदी सी थोड़ी साडा जेड़ा शेर खां है वो अपना ट्रीटमेंट चला रहा है जे कमेंट आ रही कि तू यो बेचता है चलो हुण उत्थे पहुंचण वाले आ पहुंच के फिर मिलते हैं अज काफ़ी टाइम बाद मेरी विश पूरी होने वाली मतलब कि हो ही चुकी समझो क्योंकि अज आप पहुँचे हैं बादल भंडारी पेट शॉप पर सो काफ़ी टाइम तो लाडी जी इन्हों का जो यूट्यूब चैनल है ओबियसली भी सारे ने देखा ही होएगा मैं लगता मैं ज़्यादा डीप दसन की लड़ है तो भी मिलो फिर जल्दी जल्दी हूँ हैलो सर हाई जी हाई हैलो एवरीवन आई एम बादल भंडारी आपका बहुत प्यारा सा अपना यूट्यूब चैनल जो है डॉग्स योर फ्रेंड्स फॉरएवर और मैं पिछले 24 साल प्लस से डॉग्स ब्रीड कर रहा हूँ एंड आई एम बिहेवियर्स फॉर डॉग्स अक्सर ब्लॉग्स डालते हैं कोशिश होती है मेरी हमेशा कुछ नया शेयर करें कुछ ऐसा शेयर करें जो हमारे पेट्स की लाइफ और बेहतर कर सके हम डॉग जिसको हम एज पेट रखते हैं चाहे वो स्ट्रे डॉग्स हैं मोगरल हैं कोई हाईब्रीड है बट सबसे इम्पॉर्टेंट ये है कि वो हमारे डॉग्स हैं फर बेबीज हैं और ये हमें बेइंतहा प्यार देते हैं मुझे ऐसा लग रहा है कि अभी मैं आपका चैनल देख रहा हूँ कि सर की ना व्लॉग की जो इंट्रो होती है ना ऐसे एक्चुअली ना इनका बिल्कुल भी मूड नहीं था डॉग लेने का लेकिन जब से इन्होंने आपका चैनल देखना शुरू किया आपने जब ऐसी बातें की ना तो इनको हुआ कि यार वाकई मैं क्यों हिंदी बोल दी पी वाकई च एक डॉग होना चाहिए नाल ते अपा सर होना को इस करके आए क्योंकि ना डॉग्स विच सर ब्रीडिंग विच ट्रस्ट बहुत जरूरी है एक जो आप ले और एक घर फैमिली मैंबर ले आ रहे हैं आप जो बिल्कुल ठीक होना चाहिए आ तो कल भी कोई प्रॉब्लम आती तो कोई टेंशन नहीं होनी चाहिए सूँ पता है कि सर बैठे है इतने इस करके आप इतने आए हैं जो इंपॉर्टेंट है ना इट्स नॉट अबाउट जस्ट सेलिंग अ डॉग इट्स मोर अबाउट उसको तरीके से रखना बच्चे को उसकी ज़रूरतों को समझना उसको क्या चाहिए क्या नहीं चाहिए बहुत बारी होता है हम लोग कुछ भी देते रहते हैं ये दे दो खाने को वो दे दो खाने को कई बारी लोग चाय पिलाते रहते हैं यार हम चाय पी रहे हैं साथ में पिला रहे हैं हम चिप्स खा रहे हैं साथ में खिला रहे हैं बहुत सारे लोग हैं लेकिन ये सब चीज़ें क्या इनके लिए बनी है या नहीं बनी ये चीज़ें बहुत मैटर करती हैं सबसे इम्पॉर्टेंट एंड ऑफ द डे क्या है मैं अपने घर जाता हूँ मेरे दो बच्चे हैं आप लोग अक्सर ब्लॉग्स में देखते हैं बनी एंड पीहू इबादत जब मैं घर जाता हूँ ना वो दोनों बोलते हैं पापा क्या लाए लेकिन जो मेरा दाऊद है डॉन जो है मेरा वो भाग के गेट पर आता है वो कुछ नहीं पूछता कि क्या लाए वो सबसे पहले ये देखता है कि आप आए सही है अगर बारिश होती है धूप होता है बहुत बारी होता है अपने बच्चे बाहर नहीं आते हैं दरवाजा खोल के खड़े होते हैं पापा आप आ गए लेकिन जो डॉग है ना उसको मैटर नहीं करता कि बात धुंध पड़ी हुई है बारिश है क्या नहीं है पर एक और बहुत इंपॉर्टेंट चीज ये बहुत जल्दी जज कर जाते हैं कि माहौल क्या है मतलब आपका मूड अच्छा है या नहीं है अगर आप परेशान लग रहे हैं तो दे विल ट्राई टू लव यू ये सब चीजें वही समझ सकता है जिसने पेट रखा हुआ जिसने डॉग रखा हुआ हमारा ये जी हमारा हिटलर ही इज 5.5 इयर्स ओल्ड बस खा जाना निपू जो है तू है तुम्हारा
फिर इन्हें उधर ही जाना उधर ही अरे वो कहां गुंडा एक नंबर का वो जो टेल उसने ऊपर किया ना दैट इज ऑफ बॉसी वो बता रहा हूं मैं सोच रही हूं कि आ वाला ले ला पता क्यों क्योंकि शॉप ते ना तीन चार जने कोई आए से एवं कुछ बाय करन तो उन्होंने फर्स्टली आके ही पूछा आपका पेट है आपका डॉग है मैं लादा है साडे नाल मैं साडे नाल पर तो शैतानी आ दे 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 शरारत करदा अच्छा कौन सा दे रहे पहले सोमवार ਸਾਨੂੰ ਉੱਥੋਂ ਨਿਕਲਿਆਂ ਨੂੰ ਤਕਰੀਬਨ ਅੱਧਾ ਕੁ ਘੰਟਾ ਹੋ ਗਿਆ ਲੇਕਿਨ ਪੂਰੇ ਅੱਧੇ ਘੰਟੇ ਦੇ ਵਿੱਚ ਸਾਡੇ ਜ਼ੁਬਾਨ ਤੇ ਉਹਦਾ ਗੋਲੂ ਮੋਲੂ ਜਿਹੜਾ ਨਾਮ ਆਈ ਜਾ ਰਿਹਾ ਲਾਈਕ ਵੀ ਅਸੀਂ ਥੋੜਾ ਟਾਈਮ ਵੀ ਉਹਨੂੰ ਮਿਲੇ ਆ ਤੇ ਇੰਨੀ ਜ਼ਿਆਦਾ ਅਟੈਚਮੈਂਟ ਹੋ ਗਈ ਉਹਦੇ ਨਾਲ ਬਟਾ ਉਹਨੂੰ ਲਿਆਉਣ ਤੋਂ ਪਹਿਲਾਂ ਇੱਕ ਵਾਰੀ ਸ਼ੋਰ ਹੋਣਾ ਜ਼ਰੂਰੀ ਆ ਕਿ ਕਿ ਮੇਰੇ ਮਨ 'ਚ ਨਾ ਦੋ ਚਾਰ ਡਾਊਟ ਹੈ ਹਸਕੀ ਦੇ ਜੋ ਸਰ ਉਹਨਾਂ ਨੇ ਕਲੀਅਰ ਤਾਂ ਕੀਤੇ ਆ ਬਟ ਸਟਿਲ ਮੈਂ ਆਪਣੇ ਬਿਹਾਫ ਦੇ ਵੀ ਥੋੜੀ ਹੋਰ ਰਿਸਰਚ ਕਰਨਾ ਚਾਹੁੰਦਾ ਹਾਂ ਕਿ ਹਸਕੀ ਸਾਂਭਣ ਲਈ ਜੋ ਅੱਜ ਜਿੰਨਾ ਟਾਈਮ ਚਾਹੀਦਾ ਉਹਨਾਂ ਟਾਈਮ ਸਾਡੇ ਕੋਲ ਹੈਗਾ ਕਿ ਨਹੀਂ ਹੈਗਾ ਬਟ ਮਨ ਤਾਂ ਬਹੁਤ ਆ ਤੁਸੀਂ ਕਮੈਂਟ ਕਰਕੇ ਦੱਸਿਓ ਲਾਈਕ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਆ ਕਿ ਹਸਕੀ ਨੂੰ ਗਰਮੀ 'ਚ ਰੱਖਣਾ ਔਖਾ ਹੋ ਜਾਂਦਾ ਆ ਜਾਂ ਜਿੱਦਾਂ ਦਾ ਆਪਣੇ ਪੰਜਾਬ ਦਾ ਵੈਦਰ ਆ ਉਹਦੇ ਲਈ ਸੂਟੇਬਲ ਨਹੀਂ ਹੈਗਾ ਜੋ ਵੀ ਹੈਗਾ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਅਗਰ ਕਮੈਂਟ ਉਹੀ ਕਰਿਓ ਜਿਨ੍ਹਾਂ ਨੂੰ ਜੇ ਨੌਲੇਜ ਹੈਗਾ ਜੇ ਸੁਣੀ ਸੁਣਾਈ ਗੱਲ ਆ ਨਾ ਕਿਉਂਕਿ ਮੈਨੂੰ ਵੀ ਸੁਣੀ ਸੁਣਾਈ ਗੱਲ ਸੀ ਕਿ ਜਿਹੜਾ ਹਸਕੀ ਆ ਉਹ ਗਰਮੀਆਂ 'ਚ ਕਿਉਂਕਿ ਕਿਉਂਕਿ ਸਾਈਬੇਰੀਅਨ ਹਸਕੀ ਸਾਈਬੇਰੀਆ ਦੀ ਇਹ ਬਰੀਡ ਆ ਤੇ ਉੱਥੇ ਠੰਡ ਜ਼ਿਆਦਾ ਹੁੰਦੀ ਬਟ ਜਿੱਥੇ ਤੱਕ ਮੈਨੂੰ ਭਾਈ ਉਹਨਾਂ ਨੇ ਕਲੀਅਰ ਕੀਤਾ ਕਿ ਉਹ ਜਿਹੜੀ ਜਨਰੇਸ਼ਨ ਹੋਰ ਸੀਗੀ ਇਹ ਜਨਰੇਸ਼ਨ ਨੂੰ ਕਾਫੀ ਟਾਈਮ ਹੋ ਗਿਆ ਇਹ ਅਡੈਪਟ ਕਰ ਚੁੱਕੀ ਆ ਇੱਥੇ ਦਾ ਮਾਹੌਲ ਬਟ ਸਟਿਲ ਜੇ ਤੁਹਾਨੂੰ ਨੌਲੇਜ ਹੈ ਇਸ ਚੀਜ਼ ਬਾਰੇ ਤਾਂ ਜ਼ਰੂਰ ਕਮੈਂਟ ਕਰਿਓ ਸਾਰੇ ਜਣੇ ਕਹਿੰਦੇ ਹੋਣਗੇ ਤੁਸੀਂ ਕੁੱਤਾ ਲੈਣਾ ਹੈ ਇੰਨੀ ਰਿਸਰਚ ਕਰਨ ਦੀ ਕੀ ਹੈ ਦੇਖੋ ਯਾਰ ਉਹਦੇ 'ਚ ਵੀ ਜਾਨ ਹੈ ਠੀਕ ਹੈ ਉਹਦੇ 'ਚ ਵੀ ਉਹਦੀਆਂ ਵੀ ਫੀਲਿੰਗਸ ਨੇ ਹਾਂ ਉਹ ਬੋਲ ਕੇ ਨਹੀਂ ਦੱਸ ਸਕਦਾ ਲੇਕਿਨ ਉਹਨੂੰ ਵੀ ਫੀਲ ਹੋਏਗਾ ਕਿ ਯਾਰ ਇਹ ਜਗ੍ਹਾ ਮੇਰੇ ਲਈ ਸੂਟੇਬਲ ਇਹ ਮੈਨੂੰ ਸੂਟ ਨਹੀਂ ਕਰ ਰਹੀ ਪਰ ਮੈਂ ਇੱਥੇ ਬੈਠਾ ਵਾਂ ਹਨਾ ਜਿੱਦਾਂ ਹੁਣ ਆਪਾਂ ਹੁੰਨੇ ਕਈ ਵੇਲੇ ਆਪਾਂ ਨੂੰ ਕੋਈ ਜਗ੍ਹਾ ਤੇ ਬਹਿਣਾ ਪਸੰਦ ਨਹੀਂ ਹੁੰਦਾ ਪਰ ਆਪਾਂ ਕਹਿ ਦਿੰਨੇ ਮੈਂ ਨਹੀਂ ਇੱਥੇ ਬਹਿ ਸਕਦਾ ਹਨਾ ਜਾਂ ਮੈਨੂੰ ਇੱਥੇ ਸਫੋਕੇਸ਼ਨ ਹੋ ਰਹੀ ਜਾਂ ਇਰੀਟੇਸ਼ਨ ਹੋ ਰਹੀ ਨਾ ਉਹਨੇ ਬੋਲ ਕੇ ਨਹੀਂ ਦੱਸਣਾ ਉਹਦੀਆਂ ਸਭ ਚੀਜ਼ਾਂ ਸਾਨੂੰ ਰਿਸਰਚ ਕਰਕੇ ਹੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨੂੰ ਰੱਖੀਏ ਕਿ ਉਹ ਖੁਸ਼ ਰਹੇ ਤੇ ਉਹ ਖੁਸ਼ ਹੋਏਗਾ ਤੇ ਅਸੀਂ ਉਹਨੂੰ ਦੇਖਦੇ ਖੁਸ਼ ਹੋਣਾ ਜੇ ਸਾਨੂੰ ਸਭ ਨੂੰ ਦੇ ਦੇ ਕੇ ਤੁਸੀਂ ਖੁਸ਼ ਹੁੰਨੇ ਹੋ ਤੇ ਆਪਾਂ ਸਾਰੇ ਫਿਰ ਇੱਥੇ ਖੁਸ਼ ਰਹਿੰਦੇ ਹਾਂ ਉਹਦੇ ਲਈ ਉਹ ਜਗ੍ਹਾ ਸੂਟ ਨਹੀਂ ਹੋਊਗੀ ਤੇ ਮੇਰੇ ਖਿਆਲ 'ਚ ਆਪਾਂ ਗਲਤ ਕਰਾਂਗੇ ਇੱਕ ਬੇਜ਼ੁਬਾਨ ਦੇ ਨਾਲ ਮੈਂ ਉਹ ਵੀ ਵਲੌਗ ਮਤਲਬ ਹਸਕੀ ਦੇਖੇ ਜਿਹੜੇ ਗਰਮੀ ਜਗ੍ਹਾ ਤੇ ਵੀ ਬਹੁਤ ਵਧੀਆ ਪੜੇ ਆ ਤੇ ਕਈ ਉਹ ਵੀ ਦੇਖੇ ਠੰਡ 'ਚ ਵੀ ਮਾੜੀ ਹਾਲਤ 'ਚ ਸੋ ਐਟ ਦੀ ਐਂਡ ਮੈਨੂੰ ਜਿਹੜਾ ਲੱਗਦਾ ਨਾ ਹੁਣ ਕੇਅਰ ਤੇ ਡਿਪੈਂਡ ਕਰਦਾ ਕਿ ਤੂੰ ਇਹਨੂੰ ਕਿੱਦਾਂ ਦੀ ਹਾਂ ਲੌਂਗ ਕੋਟਡ ਆ ਕਈਆਂ ਨੇ ਲੌਂਗ ਕੋਟਡ ਜਰਮਨ ਸ਼ੈਪਰਡ ਵੀ ਰੱਖੇ ਹੁੰਦੇ ਆ ਉਹ ਵੀ ਬਹੁਤ ਵਧੀਆ ਹੁਣ ਸਰ ਉਹਨਾਂ ਦਾ ਜਰਮਨ ਸ਼ੈਪਰਡ ਲੌਂਗ ਕੋਟਡ ਅਸੀਂ ਲਾਈਫ 'ਚ ਨਹੀਂ ਕਦੀ ਇਦਾਂ ਦਾ ਕੁੱਤਾ ਦੇਖਿਆ ਇੰਨਾ ਸੋਹਣਾ ਉਹਨੂੰ ਕੇਅਰ ਕੀਤੀ ਹੋਈ ਹੈ ਨਾ ਜੋ ਡਾਚੀ ਨਾਲ ਪੂਰਾ ਸੂਟ ਕਰਦਾ ਹਾਂ ਡਾਚੀ ਨਾਲ ਉਹਦੀ ਲੁੱਕ ਨੂੰ ਵੀ ਸੂਟ ਕਰ ਰਿਹਾ ਹੈ ਨਾ